ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਂ ਦਾ SKB ਨਿਊਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਪਹੁੰਚੇ ਹਾਂ ਆਪਣੇ ਪ੍ਰੋਪਰਟੀ ਡੀਲਰ ਭਾਅ ਜੀ ਦੇ ਕੋਲ, ਜਿਹੜੇ ਕਿ ਬਹੁਤ ਪੁਰਾਣੇ ਪ੍ਰਧਾਨ ਵੀ ਨੇ ਅਤੇ ਸਮਾਜ ਸੇਵਕ ਵੀ ਨੇ, ਅਤੇ ਲੋਹੜੀ ਉੱਤੇ ਅੱਜ ਗੱਲਬਾਤ ਕਰਾਂਗੇ ਪ੍ਰਧਾਨ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਪ੍ਰਧਾਨ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਪਹਿਲੇ ਤਾਂ ਆਪਣਾ ਨਾਮ ਦੱਸੋ ਕੀ ਹੈ? ਰਮੇਸ਼ ਕੁਮਾਰ ਸਮਰਾਟ। ਰਮੇਸ਼ ਕੁਮਾਰ ਸਮਰਾਟ, ਅਤੇ ਸਰ ਲੋਹੜੀ ਦੇ ਬਾਰੇ ਕੀ ਕਹਿਣਾ ਚਾਹੋਗੇ? ਲੋਹੜੀ ਜਿਹੜੀ ਹੈਗੀ ਆ, ਇਹ ਤਾਂ ਇੱਕ ਪਰੰਪਰਾ ਚੱਲੀ ਆ ਰਹੀ ਆ ਸ਼ੁਰੂ ਤੋਂ, ਵੀ ਆਪਣੇ ਜਿਹੜੇ ਹਿੰਦੁਸਤਾਨ ਭਾਰਤ ਜਿੱਥੇ ਵੀ ਆਪਣੇ ਹੈਗੇ ਆ, ਉਹ ਰਲ ਮਿਲ ਕੇ ਲੋਹੜੀ ਮਨਾਉਂਦੇ ਆ, ਬਹੁਤ ਰੀਝਾਂ ਨਾਲ ਮਨਾਉਂਦੇ ਆ, ਔਰ ਮਨਾਉਣੀ ਵੀ ਚਾਹੀਦੀ ਆ, ਤਾਂ ਕਿ ਮਤਲਬ ਜਿਹੜੀ ਆਪਣੀ ਲੋਕਾਂ ਦੇ ਵਿੱਚ ਪ੍ਰਭਾਵ ਮਿਲਵਰਤਨ ਦਾ ਹੈਗਾ, ਅਤੇ ਉਹ ਹੋਣਾ ਚਾਹੀਦਾ। ਮੇਰੇ ਵੱਲੋਂ ਔਰ ਮੇਰੇ ਪਰਿਵਾਰ ਵੱਲੋਂ ਮਾਘੀ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ। ਸਰ, ਅੱਜ ਵੀ ਸਮਾਜ ਦੇ ਵਿੱਚ ਕਈ ਜਗ੍ਹਾ ਕੁੜੀਆਂ ਨੂੰ ਢਿੱਡ 'ਚ ਮਾਰਿਆ ਜਾ ਰਿਹਾ ਹੈ, ਭਰੂਣ ਹੱਤਿਆ ਹੋ ਰਹੀ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਮਾੜੀ ਗੱਲ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕੁੜੀਆਂ ਨੂੰ ਤਾਂ ਇੰਨਾ ਪਿਆਰ ਦੇਣਾ ਚਾਹੀਦਾ ਸਭ ਤੋਂ ਵੱਧ। ਅੱਜ ਦਾ ਟਾਈਮ ਜਿਹੜਾ ਹੈ, ਕੁੜੀਆਂ ਹੀ ਦੇਸ਼ ਨੂੰ ਉੱਤੇ ਲਿਜਾਣ ਵਾਸਤੇ ਲਿਜਾਣਗੀਆਂ ਔਰ ਲਿਜਾ ਰਹੀਆਂ ਹੈ। ਹੁਣ ਤੁਸੀਂ ਦੇਖੋ ਵੀ ਦੋ ਕੁੜੀਆਂ ਜੋ ਭੈਣਾਂ ਸੀਗੀਆਂ ਉਹ ਐਵਰੈਸਟ 'ਤੇ ਗਈਆਂ, ਉਹ ਉਹਨਾਂ ਨੇ ਨਾ ਹਿੰਦੁਸਤਾਨ ਦਾ ਕਿੰਨਾ ਉੱਚਾ ਕੀਤਾ ਅੱਜ ਦੀ ਡੇਟ ਦੇ ਵਿੱਚ, ਔਰ ਆਉਣ ਵਾਲਾ ਸਮਾਂ ਵੀ ਜਿਹੜਾ ਹੈ ਉਹ ਕੁੜੀਆਂ ਨੂੰ ਮਾਨ ਦੇਣਾ ਚਾਹੀਦਾ। ਜੇ ਭਰੂਣ ਹੱਤਿਆ ਹੈ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ, ਤਾਂ ਕਿ ਸਮਾਜ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਹੈ ਔਰ ਇਹਨਾਂ ਨੂੰ ਆਪਣੀ ਜਿਵੇਂ ਕਹਿੰਦੇ ਵੀ ਕੁੜੀਆਂ ਨੂੰ ਹੀ ਮਹੱਤਤਾ ਦਿੱਤੀ ਜਾਵੇ, ਮੁੰਡੇ ਵੀ ਕੰਮ ਕਰਨ ਨਾਲ ਉਹਨਾਂ ਨੂੰ ਦੇਖ ਕੇ ਅੱਗੇ ਹੱਲਾਸ਼ੇਰੀ ਮਿਲਣੀ ਉਹਨਾਂ ਨੂੰ। ਜੇ ਆਪਾਂ ਕਹੀਏ ਵੀ ਜਿੰਨੀ ਸਿੱਖਿਆ ਕੁੜੀਆਂ ਪੜ੍ਹਦੀਆਂ ਅੱਜ ਦੀ ਡੇਟ ਦੇ ਵਿੱਚ ਜੱਜ ਬਣ ਰਹੀਆਂ, ਹੋਰ ਚੋਟੀ ਦੀਆਂ ਉੱਤੇ ਜਾ ਰਹੀਆਂ, ਅਤੇ ਉਹਨਾਂ ਨੂੰ ਆਪਾਂ ਨੇ ਜੇ ਹੱਲਾਸ਼ੇਰੀ ਨਾ ਦਿੱਤੀ ਤਾਂ ਉਹ ਬਿਲਕੁਲ ਹੀ ਇਹ ਸਮਾਜ ਆਪਣਾ ਖਤਮ ਹੋ ਜਾਊਗਾ। ਅਤੇ ਜਿਹੜਾ ਇਹ ਭਰੂਣ ਹੱਤਿਆ ਹੁੰਦੀ ਹੈ, ਇਹਨਾਂ ਨੂੰ ਮੈਂ ਤਾਂ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ, ਤਾਂ ਕਿ ਪਬਲਿਕ ਜਿਹੜੀ ਹੈਗੀ ਆ ਜਾਂ ਮਾਂ ਬਾਪ ਆਪਣਾ ਇਹ ਕੰਮ ਕਰਦੇ ਆ, ਇਹ ਘਲੋਣਾ ਪਾਪ ਨਾ ਕਰਨ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਪਾਂ ਮਾਨ ਦੇਈਏ ਤਾਂ ਕਿ ਇਹ ਤਰੱਕੀ ਕਰ ਸਕਣ। ਸਰ, ਕੁਛ ਸਮਾਜ ਦੇ ਵਿੱਚ ਕੁੜੀਆਂ ਦੀ ਲੋਹੜੀ ਮਨਾਉਂਦੇ ਆ, ਕੋਈ ਨਹੀਂ ਮਨਾਉਂਦੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੁੜੀਆਂ ਦੀ ਲੋਹੜੀ ਤਾਂ ਜ਼ਰੂਰ ਮਨਾਉਣੀ ਚਾਹੀਦੀ, ਮੁੰਡੇ ਜਾਂ ਰਹਿ ਜਾਵੇ, ਪਹਿਲਾਂ ਕੁੜੀ ਦੀ ਜਿਹੜੀ ਲੋਹੜੀ ਹੈਗੀ ਆ ਇੱਕ ਸਮਾਜ ਦੇ ਵਿੱਚ ਆਪਾਂ ਜੇ ਰਹਿਣਾ, ਇਹਨਾਂ ਨੇ ਹੀ ਗਾਂਹ ਆਪਣਾ ਪਰਿਵਾਰ ਚਲਾਉਣਾ। ਜੇਕਰ ਉਹ ਪਰਿਵਾਰ ਹੀ ਕੁੜੀਆਂ ਹੀ ਨਾ ਮਤਲਬ ਰਹੀਆਂ ਤਾਂ ਪਰਿਵਾਰ ਕਿੱਦਾਂ ਚੱਲੂਗਾ? ਆਖਿਰ ਜਨਮਦਿਨ ਦੀ ਮਾਂ ਦਾ ਅਹੁਦਾ ਇਹਨਾਂ ਨੂੰ ਦਿੱਤਾ ਗਿਆ, ਅਤੇ ਇਹਨੇ ਹੀ ਅੱਗੇ ਆਪਣਾ ਸਮਾਜ ਨੂੰ ਚਲਾਉਣਾ ਹੈਗਾ, ਨਾ ਕਿ ਮੁੰਡਿਆਂ ਨੇ। ਮੁੰਡੇ ਚਲਾਉਂਦੇ ਠੀਕ ਹੈ, ਉਹਨਾਂ ਦੀ ਉਹ ਇਹਨਾਂ ਦੀ ਇੱਕ ਅਲੱਗ ਗੱਲ ਹੈਗੀ ਆ, ਪਰ ਕੁੜੀਆਂ ਨੂੰ ਸਭ ਤੋਂ ਵੱਧ ਮਹੱਤਵ ਦੇਣੀ ਚਾਹੀਦੀ ਆ। ਸਰ, ਲੋਹੜੀ ਆ ਰਹੀ ਹੈ, ਲੋਹੜੀ ਦੇ ਬਾਰੇ ਤੁਸੀਂ ਕੀ ਵਿਚਾਰ ਸਾਂਝੇ ਕਰਨਾ ਚਾਹੋਗੇ ਸਾਡੇ ਸਮਾਜ ਨਾਲ, ਸਾਡੇ ਪੰਜਾਬ ਨਾਲ, ਸਾਡੇ ਲੁਧਿਆਣੇ ਦੇ ਨਾਲ? ਲੋਹੜੀ ਦਾ ਤਿਉਹਾਰ ਰਲ ਮਿਲ ਕੇ ਮਨਾਉਣਾ ਚਾਹੀਦਾ ਔਰ ਮਨਾਇਆ ਵੀ ਜਾਂਦਾ, ਇਹਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਰਲ ਮਿਲ ਕੇ ਮਿਲਾਉਣ, ਜਿਵੇਂ ਕਿ ਅੱਜ ਤੋਂ ਸਦੀਆਂ ਪੁਰਾਣਾ ਆਪਣਾ ਰਿਵਾਜ਼ ਹੈਗਾ ਹੈ, ਔਰ ਬਹੁਤ ਖੁਸ਼ੀਆਂ ਭਰਿਆ ਸਾਰਿਆਂ ਨੂੰ ਪਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਦਾ ਵੀ ਮੌਕਾ ਦੇਵੇ, ਤਾਂ ਕਿ ਪਰਿਵਾਰ ਜਿੰਨੇ ਹੈ ਰਲ ਮਿਲ ਕੇ ਆਪਣੇ ਹੱਸ ਖੇਲ ਕੇ ਲੋਹੜੀ ਮਨਾਉਣ। ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਲੋਹੜੀ ਦੀਆਂ ਸਾਰੇ ਭਰਾਵਾਂ ਨੂੰ ਲੱਖ ਲੱਖ ਵਧਾਈ, ਸਾਰੇ
ਦੁਨੀਆ ਦੇ ਵਿੱਚ ਇਹ ਖੁਸ਼ੀਆਂ ਭਰਾ ਆਪਣਾ ਜਿਹੜਾ ਦਿਨ ਹੈ ਸਾਰਿਆਂ ਵਾਸਤੇ ਲਿਆਵੇ। ਲਓ ਜੀ, ਸਾਡੇ ਨਾਲ ਸੀ ਪ੍ਰਧਾਨ ਰਮੇਸ਼ ਸਮਰਾਟ ਜੀ, ਬਹੁਤ ਹੀ ਸੋਹਣੇ ਇਹਨਾਂ ਦੇ ਵਿਚਾਰ ਸੀ। ਮੈਂ ਸੂਰਜ ਸ਼ੇਰਗਿੱਲ, SKB ਨਿਊਜ਼ ਤੋਂ, ਕੈਮਰਾਮੈਨ ਸਤੀਸ਼ ਬਾਲੀ।